ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਦਾ ਜਿਹੜਾ ਐਡਮਿਸ਼ਨ ਕ੍ਰਾਈਟੀਰੀਆ ਉਹ ਦੂਸਰੇ ਕਾਲਜ ਨਾਲੋਂ ਵੱਖਰਾ ਕਿੰਨੇ ਕਿਹੜੇ ਕੋਰਸ ਦੇ ਵਿੱਚ ਕਿੰਨੀਆਂ ਸੀਟਸ ਨੇ ਕਿਸੇ ਕਾਲਜ ਯੂਨੀਵਰਸਿਟੀ ਦੇ ਕੋਲ ਉਹ ਦੂਸਰੇ ਕਾਲਜ ਯੂਨੀਵਰਸਿਟੀ ਨਾਲੋਂ ਵੱਖਰੀਆਂ ਨੇ ਸੋ ਜੇ ਅੱਜ ਆਪਾਂ ਕਹਿ ਲਈਏ ਕਿ ਕੈਨੇਡਾ ਦੇ ਵਿੱਚ ਹਰ ਕਾਲਜ ਜਾਂ ਹਰ ਯੂਨੀਵਰਸਿਟੀ ਦੇ ਵਿੱਚ ਸੀਟਸ ਮੁੱਕ ਗਈਆਂ ਤਾਂ ਸ਼ਾਇਦ ਇਹ ਬਿਲਕੁਲ ਗਲਤ ਹੋਊਗਾ ਅੱਜ ਦੀ ਡੇਟ ਦੇ ਵਿੱਚ ਵੀ ਜੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦਾ ਕਿਸੇ ਵੀ ਸਟਰੀਮ ਤੋਂ ਪਾਸ ਸਟੂਡੈਂਟ ਹੋਵੇ ਚਾਹੇ ਉਹ ਪਲੱਸ ਟੂ ਹੋਵੇ ਚਾਹੇ ਗ੍ਰੈਜੂਏਟ ਹੋਵੇ ਚਾਹੇ ਮਾਸਟਰਸ ਵਾਲਾ ਸਟੂਡੈਂਟ ਹੋਵੇ ਚਾਹੇ ਤੁਸੀਂ ਉਹਦੇ ਵਿੱਚ ਪਲੱਸ ਟੂ ਆਰਟਸ ਕੀਤੀ ਹੈ ਕਾਮਰਸ ਨੌਨ ਮੈਡੀਕਲ ਮੈਡੀਕਲ ਬੀ ਐੱਸ ਸੀ ਬੀ ਏ ਬੀ ਕੌਮ ਕਿਸੇ ਵੀ ਸਟਰੀਮ ਤੋਂ ਤੁਸੀਂ ਪੜ੍ਹੇ ਹੋਏ ਹੋ ਅੱਜ ਵੀ ਕੈਨੇਡਾ ਦੇ ਵਿੱਚ ਸਪਟੈਂਬਰ ਇਨਟੇਕ ਲਈ ਸੀਟਸ ਅਵੇਲੇਬਲ ਨੇ ਤੁਹਾਨੂੰ ਕਿਹੜਾ ਕੋਰਸ ਦਿੱਤਾ ਜਾਣਾ ਇਹ ਡਿਪੈਂਡ ਕਰਦਾ ਤੁਹਾਡੇ ਪ੍ਰੋਫਾਈਲ ਦੇ ਉੱਤੇ ਤੁਸੀਂ ਕਿਹੜੀ ਬੈਕਗਰਾਊਂਡ 'ਚੋਂ ਆਪਣੀ ਐਜੂਕੇਸ਼ਨ ਕੀਤੀ ਹੋਈ ਆ ਉਸ ਐਜੂਕੇਸ਼ਨ ਦੇ ਵਿੱਚ ਕਿਹੜੇ ਕਿਹੜੇ ਸਬਜੈਕਟਸ ਦੇ ਵਿੱਚ ਕੀ ਸਕੋਰ ਤੁਹਾਡਾ ਸੀਗਾ ਕਿਸ ਤਰ੍ਹਾਂ ਦੇ ਮਾਰਕਸ ਤੁਸੀਂ ਸਕੋਰ ਕੀਤੇ ਪਰਸੈਂਟੇਜ ਕਿਸ ਤਰ੍ਹਾਂ ਦੀ ਲਈ ਉਹਦੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਕੋਰਸ ਦੇ ਵਿੱਚ ਜਾਓਗੇ ਕਿਹੜੇ ਪ੍ਰੋਵਿੰਸ ਔਰ ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾਓਗੇ ਜਿਹੜੀ ਗੱਲ ਕਰ ਰਹੇ ਕਿ ਕਾਲਜਸ ਦੇ ਵਿੱਚ ਸਪਟੰਬਰ ਇਨਟੇਕ ਦੇ ਵਿੱਚ ਸੀਟਸ ਨਹੀਂ ਹੈਗੀਆਂ ਹਾਂ ਬਹੁਤ ਸਾਰੇ ਕਾਲਜਸ ਨੇ ਕਿਉਂਕਿ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਹਰ ਸਟੂਡੈਂਟ ਦਾ ਜਿਹੜਾ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਉਹਦੀ ਫਸਟ ਪ੍ਰੈਫਰੈਂਸ ਬਣਿਆ ਹੋਇਆ ਸੋ ਜਿਹੜੀ ਗੱਲ ਕਰਦੇ ਹਾਂ ਕਿ ਸੀਟਸ ਨਹੀਂ ਅਵੇਲੇਬਲ ਹੈਗੀਆਂ ਹਾਂ ਬਹੁਤ ਸਾਰੇ ਕਮਿਊਨਿਟੀ ਕਾਲਜਸ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਸੀਟਸ ਨਹੀਂ ਹੈਗੀਆਂ ਬਟ ਇਫ ਦਾ ਸਟੂਡੈਂਟ ਵਾਂਟਸ ਟੂ ਗੋ ਬਹੁਤ ਸਾਰੇ ਕਾਲਜਸ ਦੇ ਵਿੱਚ ਬਹੁਤ ਯੂਨੀਵਰਸਿਟੀਜ਼ ਪ੍ਰਾਈਵੇਟ ਸਰਕਾਰੀ ਕਮਿਊਨਿਟੀ ਕਾਲਜਸ ਹਰੇਕ ਦੇ ਵਿੱਚ ਸੀਟਸ ਅਵੇਲੇਬਲ ਨੇ ਡਿਪੈਂਡਿੰਗ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਤੁਹਾਡਾ ਪ੍ਰੋਫਾਈਲ ਤੁਹਾਡਾ ਏਜੰਟ ਕਿਸ ਤਰੀਕੇ ਦੇ ਨਾਲ ਉਹਨੂੰ ਵਿਊ ਕਰਦਾ ਔਰ ਕੀ ਆਪਸ਼ਨਸ ਉਹਦੇ ਕੋਲ ਅਵੇਲੇਬਲ ਨੇ ਬਹੁਤ ਸਾਰੇ ਏਜੰਟ ਤੁਹਾਨੂੰ ਇਸੇ ਕਰਕੇ ਮਨਾ ਕਰੀ ਜਾਂਦੇ ਕਿ ਸਪਟੰਬਰ ਇਨਟੇਕ ਹੈ ਨਹੀਂ ਜਿਹਨੂੰ ਆਪਾਂ ਕਹਿੰਦੇ ਅੰਗੂਰ ਕੱਟੇ ਆ ਜੇ ਕਿਸੇ ਕੋਲ ਆਪਸ਼ਨ ਨਹੀਂ ਹੈਗੀ ਉਹਨੇ ਆਪਣੇ ਆਪ ਤੁਹਾਨੂੰ ਅਗਲੇ ਪਾਸੇ ਤੋਰਨਾ ਕਿ ਹੁਣ ਜਨਵਰੀ 2020 ਦੇ ਵਿੱਚ ਚੱਲ ਜਾਇਓ ਜਾਂ ਜੁਲਾਈ 2020 ਦੇ ਵਿੱਚ ਨੈਕਸਟ ਇਨਟੇਕ ਹੈਗਾ ਬਟ ਐਟ ਪ੍ਰੈਜੈਂਟ ਤੁਸੀਂ ਕਿਸੇ ਵੀ ਪ੍ਰੋਫਾਈਲ ਤੋਂ ਪਲੱਸ ਟੂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ ਮੈਂ ਗਰੰਟਿਡ ਸਪਟੰਬਰ ਇਨਟੇਕ ਤੋਂ ਪਹਿਲਾਂ ਤੁਹਾਡੀ ਐਡਮਿਸ਼ਨ ਕਰਾਊਂਗਾ ਔਰ ਤੁਹਾਡੀ ਪੜ੍ਹਾਈ ਦੇ ਨਾਲ ਮੈਚਿੰਗ ਕੋਰਸ ਦੇ ਵਿੱਚ ਐਡਮਿਸ਼ਨ ਹੋਏਗੀ ਕੋਈ ਇਸ ਤਰ੍ਹਾਂ ਦਾ ਐਡਮਿਸ਼ਨ ਨਹੀਂ ਹੋਏਗੀ ਕਿ ਤੁਸੀਂ ਪਲੱਸ ਟੂ ਕਾਮਰਸ ਕੀਤੀ ਹੈ ਔਰ ਅਸੀਂ ਤੁਹਾਨੂੰ ਮੈਡੀਕਲ ਆਫਿਸ ਅਸਿਸਟੈਂਟ ਦੇ ਦਿੱਤਾ ਜਾਂ ਤੁਸੀਂ ਪਲੱਸ ਟੂ ਨੌਨ ਮੈਡੀਕਲ ਕੀਤੀ ਹੋਈ ਹੈ ਤੁਹਾਨੂੰ ਬੈਚਲਰ ਬਿਜ਼ਨਸ ਦੇ ਦਿੱਤੀ ਤੁਹਾਡੇ ਪ੍ਰੋਫਾਈਲ ਦੇ ਨਾਲ ਰਿਲੇਟਿਡ ਕੋਰਸ ਦਿੱਤਾ ਜਾਏਗਾ ਔਰ ਸਾਰੀ ਚੀਜ਼ ਸਾਰੀ ਪ੍ਰੋਸੈਸਿੰਗ ਜਿਹੜੀ ਤੁਹਾਡੀ ਹੈਗੀ ਹੈ ਬਿਨਾਂ ਕੋਈ ਪੈਸਾ ਲਿੱਤੇ ਬਿਨਾਂ ਕੋਈ ਐਡਵਾਂਸ ਤੁਹਾਡੇ ਤੋਂ ਲਿੱਤੇ ਪ੍ਰੋਸੈਸਿੰਗ ਹੋਈ ਜਦੋਂ ਐੱਸ ਪੀ ਪੀ ਪ੍ਰੋਗਰਾਮ ਚੱਲਦਾ ਸੀ ਉਦੋਂ ਕਾਲਜਸ ਡਿਫਾਈਂਡ ਸੀਗੇ ਕਿ ਇਹ ਐੱਸ ਪੀ ਪੀ ਕਾਲਜਸ ਨੇ ਇਹ ਨੌਨ ਐੱਸ ਪੀ ਪੀ ਕਾਲਜਸ ਨੇ ਜਦੋਂ ਦਾ ਐੱਸ ਡੀ ਐੱਸ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਚੀਜ਼ ਤਾਂ ਖਤਮ ਹੋ ਗਈ ਕਿ ਕਾਲਜਸ ਕਿਹੜੀ ਕੈਟਾਗਰੀ 'ਚ ਆਉਂਦੇ ਆ ਅੱਜ ਦੀ ਡੇਟ ਦੇ ਵਿੱਚ ਸਟੂਡੈਂਟ ਦਾ ਪ੍ਰੋਫਾਈਲ ਐੱਸ ਡੀ ਐੱਸ ਦੀ ਜੇ ਮੈਂ ਅੱਜ ਗੱਲ ਕਰ ਲਾਂ ਹਰ ਬੱਚੇ ਨੂੰ ਅੱਜ ਵੀ ਕਲੀਅਰ ਨਹੀਂ ਹੈਗਾ ਕਿ ਬੇਸਿਕਲੀ ਐੱਸ ਡੀ ਐੱਸ ਕੀ ਹੈਗਾ ਅਸੀਂ ਆਪਣੇ ਆਫਿਸ ਦੇ ਵਿੱਚ ਰੈਗੂਲਰਲੀ ਸਟੂਡੈਂਟਸ ਨੂੰ ਮਿਲਦੇ ਹਾਂ ਜਿਹੜਾ ਆ ਕੇ ਸਾਨੂੰ ਇਹ ਸਵਾਲ ਕਰਦਾ ਜਿਹੜਾ ਆ ਕੇ ਇਹ ਕਹਿੰਦਾ ਕਿ ਭਾਅ ਜੀ ਮੇਰੀ ਐੱਸ ਡੀ ਐੱਸ ਕਾਲਜ 'ਚ ਐਡਮਿਸ਼ਨ ਹੋ ਜੂਗੀ ਕਿ ਮੈਂ ਐੱਸ ਡੀ ਐੱਸ ਕਾਲਜ 'ਚ ਪੜ੍ਹਨ ਜਾਣਾ ਚਾਹੁੰਦਾ ਜਦੋਂ ਦਾ ਐੱਸ ਪੀ ਪੀ ਤੋਂ ਐੱਸ ਡੀ ਐੱਸ ਦੇ ਵਿੱਚ ਟ੍ਰਾਂਸਫੋਰਮੇਸ਼ਨ ਹੋਈ ਹੈ ਕੋਈ ਵੀ ਕਾਲਜ ਐੱਸ ਡੀ ਐੱਸ ਕਾਲਜ ਨਹੀਂ ਹੈਗਾ ਐੱਸ ਡੀ ਐੱਸ ਇਜ਼ ਅ ਕੈਟੇਗਰੀ ਟੂ ਅਪਲਾਈ ਯੋਰ ਵੀਜ਼ਾ ਤੁਸੀਂ ਉਸ ਕੈਟਾਗਰੀ 'ਚ ਵੀਜ਼ਾ ਅਪਲਾਈ ਕਰ ਸਕਦੇ ਹੋ ਉਹਦੀਆਂ ਜਿਹੜੀਆਂ ਤਿੰਨ ਸ਼ਰਤਾਂ ਉਹ ਤਿੰਨੋਂ ਸ਼ਰਤਾਂ ਵੀ ਤੁਹਾਡੇ 'ਤੇ ਲੱਗਦੀਆਂ ਨਾ ਕਿ ਉਸ ਕਾਲਜ ਜਾਂ ਯੂਨੀਵਰਸਿਟੀ 'ਤੇ ਐਪਲੀਕੇਬਲ ਨਹੀਂ ਹੁੰਦੀਆਂ ਤਿੰਨ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋ ਕੈਨੇਡਾ ਦੇ ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਐੱਸ ਡੀ ਐੱਸ ਕੈਟਾਗਰੀ 'ਚ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਮੈਂ ਦੁਬਾਰਾ ਦੱਸ ਦਿੰਦਾ ਤਿੰਨ ਸ਼ਰਤਾਂ ਕੀ ਹੈਗੀਆਂ ਆਇਲਟਸ ਦੇ ਵਿੱਚ 6 ਈਚ ਬੈਂਡ ਹੋਣੇ ਚਾਹੀਦੇ ਆ ਸਭ ਤੋਂ ਪਹਿਲੀ ਸ਼ਰਤ ਇਹ ਹੈ ਪੀ ਟੀ ਟੋਫਲ ਹੋਰ ਕੋਈ ਚੀਜ਼ ਨਹੀਂ ਚੱਲਣੀ ਆਇਲਟਸ ਦੀ ਗੱਲ ਕਰਦੇ ਹੋ ਇਕੁਇਵਲੈਂਸੀ ਦੀ ਗੱਲ ਨਹੀਂ ਕਰਦੇ ਆਇਲ 6 ਈਚ ਤੁਹਾਡੇ ਬੈਂਡ ਹੈਗੇ ਆ ਤੁਸੀਂ ਐਲੀਜੀਬਲ ਹੋ ਆਪਣਾ ਐੱਸ ਡੀ ਐੱਸ ਦੇ ਵਿੱਚ ਵੀਜ਼ਾ ਅਪਲਾਈ ਕਰਨ ਦੇ ਵਿੱਚ ਕਾਲਜ ਕਿਹੜਾ ਯੂਨੀਵਰਸਿਟੀ ਕਿਹੜੀ ਕੋਰਸ ਕਿਹੜਾ ਇਰਰੈਲੀਵੈਂਟ ਹੈ ਉਹ ਬੈਟਰ ਹੀ ਨਹੀਂ ਕਰਦਾ ਦੂਸਰੀ ਸ਼ਰਤ ਜੇ ਤੁਸੀਂ ਐਲੀਜੀਬਲ ਹੋ 6 ਈਚ ਦੇ ਫਿਰ ਤੁਸੀਂ ਇੱਕ ਸਾਲ ਦੀ ਫੀਸ ਆਪਣੀ ਉਸ ਕਾਲਜ ਯੂਨੀਵਰਸਿਟੀ ਨੂੰ ਜਿਸ 'ਚ ਤੁਸੀਂ ਫੀ ਵੀਜ਼ਾ ਆਪਣੀ ਐਡਮਿਸ਼ਨ ਲਈ ਹੈ ਉਹਦੇ ਵਿੱਚ ਇੱਕ ਸਾਲ ਦੀ ਫੀਸ ਤੁਸੀਂ ਟ੍ਰਾਂਸਫਰ ਕਰੋਗੇ ਉਹਦੀ ਰਿਸੀਟ ਨਾਲ ਲੱਗੇਗੀ ਤੀਸਰੀ ਸ਼ਰਤ ਹੈ ਜੀ ਆਈ ਸੀ ਜੋ ਕਿ ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਾਏ ਸਟੂਡੈਂਟ ਐੱਸ ਡੀ ਐੱਸ ਹੈ ਜਾਂ ਨੌਨ ਐੱਸ ਡੀ ਐੱਸ ਦੇ ਵਿੱਚ ਅਪਲਾਈ ਕਰਦਾ ਮੋਸਟਲੀ ਹਰ ਸਟੂਡੈਂਟ ਜੀ ਆਈ ਸੀ ਕਰਾਉਣ ਲੱਗ ਗਿਆ ਕਿਉਂਕਿ ਉਹਦੇ ਨਾਲ ਵੀਜ਼ਾ ਸਕਸੈਸ ਰੇਟ ਜ਼ਿਆਦਾ ਨਿਕਲਦਾ ਰਾਦਰ ਦੈਨ ਨੌਨ ਜੀ ਆਈ ਸੀ ਕੇਸਿਸ ਦੇ ਸੋ ਆਹ ਤਿੰਨ ਸ਼ਰਤਾਂ ਜਿਹੜਾ ਸਟੂਡੈਂਟ ਪੂਰੀਆਂ ਕਰਦਾ ਉਹ ਜਿਹੜੇ ਮਰਜ਼ੀ ਕੈਨੇਡਾ ਦੇ ਪ੍ਰੋਵਿੰਸ ਦੇ ਵਿੱਚ ਜਿਹੜੇ ਮਰਜ਼ੀ ਕਾਲਜ ਯੂਨੀਵਰਸਿਟੀ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰੇ ਇਰਰੈਲੀਵੈਂਟ ਆਫ ਐਵਰੀਥਿੰਗ ਉਹ ਐੱਸ ਡੀ ਐੱਸ ਕੈਟਾਗਰੀ 'ਚ ਵੀਜ਼ਾ ਅਪਲਾਈ ਕਰ ਸਕਦਾ
ਇਹ ਸਾਰੀਆਂ ਚੀਜ਼ਾਂ ਸਿਕਸ ਵਿੱਚ ਹੋਣ ਦੇ ਬਾਵਜੂਦ ਜੇ ਸਟੂਡੈਂਟ ਸਾਲ ਦੀ ਫੀਸ ਟ੍ਰਾਂਸਫਰ ਨਹੀਂ ਕਰਦਾ ਜਾਂ 6 ਮਹੀਨੇ ਦੀ ਫੀਸ ਟ੍ਰਾਂਸਫਰ ਕਰਦਾ ਜਾਂ GIC ਨਹੀਂ ਟ੍ਰਾਂਸਫਰ ਕਰਦਾ, ਉਹ ਨੌਨ SDS ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰ ਸਕਦਾ। ਬਟ ਜੇ ਸਟੂਡੈਂਟ ਦੇ 6 ਈਚ ਨਹੀਂ ਹੈਗੇ, ਉਹ SDS ਦੇ ਵਿੱਚ ਅਪਲਾਈ ਹੀ ਨਹੀਂ ਕਰ ਸਕਦਾ। ਸੋ ਉਹ ਚੈਪਟਰ ਖਤਮ ਹੋ ਗਿਆ ਜਿਹਦੇ ਵਿੱਚ SPP ਕਾਲਜਸ ਅਤੇ ਨੌਨ SPP ਕਾਲਜਸ ਹੁੰਦੇ ਸੀ। ਹੁਣ SDS ਕਾਲਜਸ ਅਤੇ ਨੌਨ SDS ਕਾਲਜਸ ਨਹੀਂ ਹੈਗੇ। ਤੁਹਾਡਾ ਪ੍ਰੋਫਾਈਲ ਹੈ ਕਿ ਉਹ ਪ੍ਰੋਫਾਈਲ ਜੇ ਮੈਚ ਕਰਦਾ ਤਾਂ ਤੁਸੀਂ SDS ਕੈਟਾਗਰੀ 'ਚ ਵੀਜ਼ਾ ਅਪਲਾਈ ਕਰ ਸਕਦੇ। ਇਹਨਾਂ ਤਾਂ ਇਹ ਹਰ ਬੱਚੇ ਦੀ, ਹਰ ਸਟੂਡੈਂਟ ਦੀ ਜਾਂ ਹਰ ਫੈਮਿਲੀ ਦੀ ਆਪਣੀ ਚੁਆਇਸ ਹੈ, ਆਪਣੀਆਂ ਪ੍ਰਾਇਰਿਟੀਜ਼ ਨੇ। ਜਿਹੜਾ ਸਟੂਡੈਂਟ ਪੰਜਾਬ ਤੋਂ ਬਾਹਰ ਜਾਂਦਾ, ਬਹੁਤ ਸਾਰੇ ਰੀਜ਼ਨਸ ਨੇ ਕਿਸੇ ਸਟੂਡੈਂਟ ਦੇ ਬਾਹਰ ਜਾਣ ਦੇ, ਔਰ ਉਹ ਆਪਣੇ ਤਰੀਕੇ ਦੇ ਨਾਲ, ਆਪਣੀ ਕੰਡੀਸ਼ਨਸ, ਆਪਣਾ ਕਿਸ ਲੈਵਲ 'ਤੇ ਉਹ ਸਟੈਂਡ ਕਰਦਾ ਜਾਂ ਉਹਦੀ ਪ੍ਰਾਇਰਿਟੀ ਕੀ ਹੈ ਜਾਂ ਉਹਦਾ ਰੀਜ਼ਨ ਕੀ ਹੈ ਬਾਹਰ ਜਾਣ ਦਾ, ਉਹਦੇ 'ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਕਾਲਜ ਯੂਨੀਵਰਸਿਟੀ ਜਾਣਾ ਚਾਹੁੰਦਾ, ਕਿਉਂ ਜਾਣਾ ਚਾਹੁੰਦਾ। ਇਹਦੇ ਬੜੇ ਸਿੰਪਲ ਰੀਜ਼ਨਸ ਨੇ। ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਕਈ ਸਟੂਡੈਂਟ ਬਾਹਰ ਜਾਂਦੇ ਆ ਜਿਹੜਾ ਕਹਿੰਦਾ ਕਿ ਮੈਂ 5 ਦਿਨ ਕਲਾਸਾਂ ਨਹੀਂ ਲਾ ਸਕਦਾ। ਹੁਣ ਜਿਹੜਾ ਸਟੂਡੈਂਟ 5 ਦਿਨ ਕਲਾਸਾਂ ਨਹੀਂ ਲਾ ਸਕਦਾ, ਉਹਨੂੰ ਤੁਸੀਂ ਕਿਸੇ ਯੂਨੀਵਰਸਿਟੀ ਜਾਂ ਉਸ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਦਿਓਗੇ, ਉਹਨੂੰ 5 ਦਿਨ ਕਲਾਸਾਂ ਲਾਉਣੀਆਂ ਪੈਣ, ਜਦਕਿ ਪਿੱਛੋਂ ਉਹਦੇ ਘਰਦਿਆਂ ਕੋਲ ਪੈਸੇ ਨਾ ਹੋਣ ਉਹਨੂੰ ਭੇਜਣ ਲਈ। ਕਿਉਂਕਿ ਜਦੋਂ ਤੁਸੀਂ 5 ਦਿਨ ਕਲਾਸਾਂ ਲਾਉਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਕੰਮ ਕਰਨ ਦਾ ਟਾਈਮ ਘੱਟ ਜਾਂਦਾ। 20 ਆਵਰਸ ਜਿਹੜਾ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਹੈਗੀ ਹੈ, ਉਹ 2 ਦਿਨਾਂ ਦੇ ਵਿੱਚ ਹੁਣ ਤੁਸੀਂ 10-10 ਘੰਟੇ ਦਾ ਕੰਮ ਕਰ ਨਹੀਂ ਸਕਦੇ। ਔਨ ਦੀ ਅਦਰ ਇੱਦਾਂ ਦਾ ਜਿਹੜਾ ਸਟੂਡੈਂਟ ਹੈ ਉਹ ਇੱਕ ਪ੍ਰੈਫਰੈਂਸ ਲੈ ਕੇ ਚੱਲਦਾ ਕਿ ਮੈਂ ਇੱਕ ਪ੍ਰਾਈਵੇਟ ਕਾਲਜ 'ਚ ਪੜ੍ਹ ਲਵਾਂ, ਮੈਨੂੰ 2 ਦਿਨ ਕਲਾਸਾਂ ਲੱਗਦੀਆਂ, ਸੈਟਰਡੇ ਸੰਡੇ ਕਲਾਸਾਂ ਲੱਗਦੀਆਂ, ਮੈਂ 5 ਦਿਨ ਕੰਮ ਕਰ ਸਕਦਾ, ਸੋ ਦੈਟ ਮੈਂ ਆਪਣੀ ਪੜ੍ਹਾਈ ਵੀ ਨਾਲ ਕਰ ਲਈ, ਉਹਨੇ ਕੁ ਪੈਸੇ ਕਮਾ ਲਏ ਕਿ ਮੈਂ ਆਪਣੀ ਅਗਲੀ ਫੀਸ ਕੱਢ ਸਕਾਂ, ਲਿਵਿੰਗ ਐਕਸਪੈਂਸ ਉਹਦੇ ਉਹਨੂੰ GIC ਤੋਂ ਆ ਹੀ ਰਹੇ। ਔਨ ਦੀ ਅਦਰ ਹੈਂਡ ਹੁਣ ਦੂਜੇ ਪਾਸੇ ਆ ਜਾਈਏ, ਸਟੂਡੈਂਟ ਕਹਿੰਦਾ ਮੇਰੀ ਪ੍ਰੈਫਰੈਂਸ ਹੀ ਪੜ੍ਹਾਈ ਹੈ, ਮੇਰੇ ਘਰਦਿਆਂ ਕੋਲ ਪੈਸੇ ਹੈਗੇ ਆ, ਸਾਲ ਦੀ ਫੀਸ ਮੈਂ ਦੇ ਦਿੱਤੀ, GIC ਦੇ ਦਿੱਤੀ, ਦੂਜੇ ਸਾਲ ਦੀ ਫੀਸ ਉਹਨਾਂ ਕੋਲ ਤਿਆਰ ਪਈ ਹੈ, ਜਿਸ ਦਿਨ ਕਾਲਜ ਯੂਨੀਵਰਸਿਟੀ ਮੰਗੂਗਾ ਉਦਣ ਟ੍ਰਾਂਸਫਰ ਕਰ ਲਵਾਂਗਾ। ਹੁਣ ਇੱਦਾਂ ਦਾ ਜਿਹੜਾ ਸਟੂਡੈਂਟ ਹੈ ਉਹ ਜਾ ਕੇ ਕਹਿੰਦਾ ਹਾਂ ਮੈਨੂੰ 5 ਦਿਨ ਪੜ੍ਹਨਾ ਵੀ ਮਨਜ਼ੂਰ ਹੈ, ਮੈਂ ਪੜ੍ਹਾਈ 'ਚ ਵੀ ਚੰਗਾ ਹੈਗਾ ਵਾਂ, ਮੇਰੀ ਪਰਸੈਂਟੇਜ ਵੀ ਪਿੱਛੋਂ ਚੰਗੀ ਹੈ, ਅਕੈਡਮਿਕਲੀ ਸਟਰੋਂਗ ਸਟੂਡੈਂਟ ਹੈ, ਉਹ ਇੱਕ ਚੰਗੀ ਯੂਨੀਵਰਸਿਟੀ ਜਾਂ ਚੰਗੇ ਕਮਿਊਨਿਟੀ ਕਾਲਜ ਨਾਲੋਂ ਵੀ ਚੰਗੀ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਦਾ। ਹੁਣ ਆਪਾਂ ਆ ਜਾਂਦੇ ਕਿ ਕਈ ਵਾਰੀ ਸਟੂਡੈਂਟ ਕੋਲ ਆਪਸ਼ਨ ਨਹੀਂ ਮਿਲਦੀ, ਉਹ ਕਹਿੰਦਾ ਕਿ ਕਮਿਊਨਿਟੀ ਕਾਲਜ ਦੇ ਵਿੱਚ ਪੜ੍ਹਨ ਜਾਣਾ ਚਾਹੁੰਦਾ, ਬਟ ਕਮਿਊਨਿਟੀ ਕਾਲਜ ਦੇ ਵਿੱਚ ਸਪਟੰਬਰ ਇਨਟੇਕ ਦੀ ਸੀਟ ਨਹੀਂ ਹੈਗੀ, ਅਗਲਾ ਇਨਟੇਕ ਕਿਹੜਾ ਜੀ, ਜਨਵਰੀ ਇਨਟੇਕ ਦੇ ਵਿੱਚ ਆ। ਹੁਣ ਉੱਥੇ ਵੀ ਸਟੂਡੈਂਟ ਦੀ ਕੈਲਕੂਲੇਸ਼ਨ ਹੈ, ਸਟੂਡੈਂਟ ਕੈਲਕੂਲੇਟ ਕਰਦਾ ਕਿ ਅੱਜ ਮੈਂ ਸਪਤੰਬਰ ਇਨਟੇਕ ਲਈ ਐਡਮਿਸ਼ਨ ਲੈਂਦਾ ਵਾਂ, ਮੇਰਾ ਅਗਸਤ ਤੱਕ ਵੀਜ਼ਾ ਆ ਜਾਂਦਾ, ਜੁਲਾਈ 'ਚ ਵੀਜ਼ਾ ਆ ਜਾਂਦਾ, ਮੈਂ ਅਗਸਤ ਦੇ ਵਿੱਚ ਟਰੈਵਲ ਕਰਦਾ, ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਮੈਨੂੰ ਸਪਤੰਬਰ ਇਨਟੇਕ ਮਿਲ ਰਿਹਾ, ਮੈਂ ਅਗਸਤ ਦੇ ਵਿੱਚ ਟਰੈਵਲ ਕਰ ਜਾਵਾਂਗਾ। ਔਨ ਦੀ ਅਦਰ ਹੈਂਡ ਮੈਂ ਜਨਵਰੀ ਇਨਟੇਕ ਲਈ ਵੇਟ ਕਰਾਂਗਾ ਕਿਸੇ ਕਮਿਊਨਿਟੀ ਕਾਲਜ ਦੇ ਵਿੱਚ ਮੈਨੂੰ ਐਡਮਿਸ਼ਨ ਮਿਲੇ। ਸੋ ਅਗਸਤ, ਸਪਟੰਬਰ, ਅਕਤੂਬਰ, ਨਵੰਬਰ, ਡਿਸੰਬਰ, ਜਨਵਰੀ, 6 ਮਹੀਨੇ ਸਟੂਡੈਂਟ ਕੈਲਕੂਲੇਟ ਕਰਦਾ ਕਿ 6 ਮਹੀਨੇ ਮੈਂ ਇੱਥੇ ਰਹੂੰਗਾ, ਇੱਕ ਮੇਰਾ ਟਾਈਮ ਵੇਸਟ ਹੈ, ਇੱਥੇ ਮੇਰੇ ਕੋਲ ਆਲਰੇਡੀ ਕੁਛ ਕਰਨ ਨੂੰ ਹੈ ਨਹੀਂ, ਸਾਰਾ ਦਿਨ ਇਹੀ ਸੋਚਦਾ ਰਹੂੰਗਾ ਕਦੋਂ ਮੇਰਾ ਵੀਜ਼ਾ ਲੱਗੇਗਾ, ਕਦੋਂ ਮੈਂ ਜਾਊਂਗਾ। ਔਨ ਦੀ ਅਦਰ ਹੈਂਡ 6 ਮਹੀਨੇ ਪਹਿਲਾਂ ਮੈਂ ਪਹੁੰਚ ਗਿਆ, ਉਹ 6 ਮਹੀਨੇ ਮੈਂ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਲਾਏ, 6 ਮਹੀਨੇ ਪੜ੍ਹਾਈ ਕੀਤੀ, ਨਾਲ ਕੰਮ ਕੀਤਾ, ਇੱਥੇ ਬਹਿ ਕੇ ਵਿਹਲਾ ਕੋਈ ਟਾਈਮ ਨਹੀਂ ਆਪਣਾ ਵੇਸਟ ਕੀਤਾ, ਘਰ ਦੇ ਵੀ ਪਰੇਸ਼ਾਨ ਕਿ ਪਤਾ ਨਹੀਂ ਕਿੱਥੇ ਮੁੰਡਾ। ਔਰ ਰੂਲਸ ਦਾ ਕੁਛ ਨਹੀਂ ਪਤਾ, ਅੱਜ ਰੂਲ ਕੀ ਨੇ, ਕੱਲ੍ਹ ਰੂਲ ਕੀ ਨੇ, ਕੋਈ ਵੀ ਕੰਟਰੀ ਕਿਸੇ ਵੀ ਟਾਈਮ ਆਪਣੀ ਵੀਜ਼ਾ ਦੀ ਜਿਹੜੀ ਵੀਜ਼ਾ ਦੇਣ ਦੀ ਜਿਹੜੀ ਸਟਰੈਟਜੀ ਉਹਨੂੰ ਚੇਂਜ ਕਰ ਸਕਦੀ। ਜੀ ਜਿਹੜਾ ਕੈਨੇਡਾ ਦੇ ਵਿੱਚ ਸਾਡਾ ਆਫਿਸ ਹੈ, ICCRC ਮੈਂਬਰਸ ਨੇ ਜਿਹੜੇ ਪੈਨਲ 'ਤੇ ਨਹੀਂ ਹੈਗੇ ਬਟ ਓਮ ਗਲੋਬਲ ਦੀ ਟੀਮ ਦਾ ਇੱਕ ਪਾਰਟ ਨੇ, ਓਮ ਗਲੋਬਲ ਦੇ ਨਾਲ ਦਿਨ ਰਾਤ ਲੱਗ ਕੇ ਫਾਈਲਾਂ ਦੇ ਉੱਤੇ ਵਿੱਚ ਬਹਿ ਕੇ ਕੰਮ ਕਰਦੇ ਨੇ। ਸੋ ਕਿਸੇ ਵੀ ਤਰ੍ਹਾਂ ਕਿਸੇ ਵੀ ਰੀਜ਼ਨ ਕਰਕੇ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੈਗਾ, ਉਹਦੇ ਵਿੱਚ ਕਿਤੇ ਵੀ ਕੋਈ ਫਰੋਡ ਡਾਕੂਮੈਂਟ ਕਰਕੇ ਤੁਹਾਡੀ ਫਾਈਲ ਰਿਫਿਊਜ਼ ਨਹੀਂ ਹੋਈ, ਕੋਈ ਬੈਨ ਨਹੀਂ ਲੱਗਾ ਤੁਹਾਡੇ 'ਤੇ, ਇੱਕ ਜਨਰਲ ਰੀਜ਼ਨ ਕਰਕੇ, ਚਾਹੇ ਉਹ ਇੰਗਲਿਸ਼ ਹੈ, ਚਾਹੇ ਉਹ ਅਕੈਡਮਿਕ ਪ੍ਰੋਫੀਸ਼ੀਐਂਸੀ ਹੈ, ਚਾਹੇ ਉਹ ਗੈਪ ਦੇ ਕਰਕੇ ਹੈ, ਕੋਈ ਵੀ ਰੀਜ਼ਨ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੇ ਡਾਕੂਮੈਂਟ ਸਾਰੇ ਸਹੀ ਸੀਗੇ ਬਟ ਤੁਹਾਨੂੰ ਵੀਜ਼ਾ ਨਹੀਂ ਮਿਲਿਆ, ਤੁਸੀਂ ਆਪਣੇ ਡਾਕੂਮੈਂਟਸ ਲਓ, ਆਪਣੀ ਰਿਫਿਊਜ਼ਲ ਲੈਟਰ ਲਓ, ਉਹ ਚਾਹੇ 1 ਰਿਫਿਊਜ਼ਲ ਲੈਟਰ ਹੈ, ਚਾਹੇ 5 ਰਿਫਿਊਜ਼ਲ ਲੈਟਰਸ ਨੇ, ਉਹ ਲੈ ਕੇ ਸਾਡੇ ਕੋਲ ਆਫਿਸ ਵਿਜ਼ਿਟ ਕਰੋ। ਆਈ ਪ੍ਰੋਮਿਸ ਯੂ ਕਿ ਅਸੀਂ ਤੁਹਾਡਾ ਵੀਜ਼ਾ ਰੀਅਪਲਾਈ ਕਰਾਂਗੇ, ਕੋਈ ਵੀ ਪੈਸਾ ਤੁਸੀਂ, ਚਾਹੇ ਤੁਹਾਡਾ ਵੀਜ਼ਾ ਰਿਫਿਊਜ਼ ਹੈ 4 ਵਾਰੀ, ਚਾਹੇ ਨਹੀਂ ਰਿਫਿਊਜ਼, ਕੋਈ ਵੀ ਪੈਸਾ ਤੁਸੀਂ ਪਹਿਲਾਂ ਨਹੀਂ ਦੇਣਾ। ਇੱਕ ਰਿਫਿਊਜ਼ਲ ਕੇਸ ਨੂੰ ਵੀ ਅਸੀਂ ਇੱਕ ਚੈਲੇਂਜ ਦੇ ਰੂਪ 'ਚ ਦੇਖਦੇ ਹਾਂ, ਕੋਈ ਅੰਬੈਸੀ ਫੀਸ ਵੀ ਤੁਹਾਡੀ ਇਨਵੈਸਟ ਨਹੀਂ ਹੋਊਗੀ, ਤਾਂ ਜੋ ਜੇ ਦੁਬਾਰਾ ਤੁਹਾਨੂੰ ਰਿਜ਼ਲਟ ਪੋਜ਼ਿਟਿਵ ਨਹੀਂ ਮਿਲਦਾ, ਉਹ ਲੌਸ ਜਿਹੜਾ ਉਹ ਓਮ ਗਲੋਬਲ ਬੇਅਰ ਕਰੇਗਾ, ਰਾਦਰ ਦੈਨ ਉਹ ਸਟੂਡੈਂਟ ਜਿਹੜਾ 4 ਵਾਰੀ ਵੀਜ਼ਾ ਰਿਫਿਊਜ਼।
ਇੱਕ 'ਚ ਸਾਡੇ ਪੰਜ ਦੋ ਮੋਡਿਊਲ 'ਚ ਸਾਡੇ ਪੰਜ ਜਾਂ ਇੱਕ ਮੋਡਿਊਲ 'ਚ ਪੰਜ ਬੈਂਡ ਹੈਗੇ ਆ ਤੁਹਾਡੇ, ਓਵਰਆਲ 6 ਬੈਂਡ ਤੁਸੀਂ ਸਟੈਂਡ ਕਰਦੇ ਹੋ, ਓਵਰਆਲ 6 ਬੈਂਡ ਤੁਹਾਡੇ ਹੈਗੇ ਆ, ਈਚ ਨਾਲ ਮੈਨੂੰ ਕੋਈ ਮਤਲਬ ਨਹੀਂ, ਤੁਸੀਂ 6 ਓਵਰਆਲ ਆਇਲਟਸ ਦਾ ਸਕੋਰ ਲੈ ਕੇ ਸਾਡੇ ਕੋਲ ਆਫਿਸ ਵਿਜ਼ਿਟ ਕਰੋ, ਅਸੀਂ ਵੀਜ਼ਾ ਅਪਲਾਈ ਕਰਾਂਗੇ। ਉਹੀ ਗੱਲ ਹੈ, ਕੈਟਾਗਰੀ ਕਿਹੜੀ, ਕੈਟਾਗਰੀ ਕਿਹੜੀ ਨਹੀਂ, SDS ਜਾਂ ਨੋਨ SDS। ਤੁਸੀਂ 6 ਈਚ ਹੈਗੇ ਹੋ, ਓਕੇ, ਪਰਫੈਕਟਲੀ ਫਾਈਨ, 1 ਸਾਲ ਦੀ ਫੀਸ, 1 ਸਾਲ ਦੀ GIC ਦਿੱਤੀ, ਤੁਸੀਂ SDS 'ਚ ਅਪਲਾਈ ਕਰੋ। ਨੋਨ SDS ਦੇ ਵਿੱਚ ਰੈਗੂਲਰ ਵੀਜ਼ਾਜ਼ ਆ ਰਹੇ ਹੈ, ਸਾਡੇ ਪੰਜ 1 'ਚ ਨੇ, ਸਾਡੇ ਪੰਜ 2 'ਚ ਨੇ, ਇੱਕ ਮੋਡਿਊਲ 'ਚ 5 ਨੇ, ਖੁੱਲ੍ਹਾ ਸੱਦਾ ਤੁਹਾਨੂੰ, ਰਿਫਿਊਜ਼ਡ ਹੋ ਆਓ, ਆ ਕੇ ਆਪਣਾ ਵੀਜ਼ਾ ਅਪਲਾਈ ਕਰੋ। ਕੋਈ ਵੀ ਪੈਸਾ, 1 ਰੁਪਿਆ ਵੀ ਤੁਸੀਂ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣਾ। ਰਿਤ ਗਾਬਾ ਜੀ ਨੇ, ਹੀ ਓਰੀਜਨਲੀ ਬਿਲੋਂਗਸ ਟੂ ਜਲੰਧਰ, ਜਲੰਧਰ ਦਾ ਰਹਿਣ ਵਾਲਾ ਹੈ, ਸ਼ੁਰੂ ਤੋਂ ਇਕੱਠੇ ਪੜ੍ਹੇ ਹੋਏ ਹੈ, ਅਤੇ ਉੱਥੇ ਜਾ ਕੇ ਜਦੋਂ ਕੈਨੇਡਾ ਮਾਈਗ੍ਰੇਟ ਹੋਇਆ, ਉਹਨੇ ਇਮੀਗ੍ਰੇਸ਼ਨ ਨੂੰ ਐਜ਼ ਅ ਪ੍ਰੋਫੈਸ਼ਨ ਚੂਜ਼ ਕੀਤਾ, ICCRC ਦਾ ਕੋਰਸ ਕੀਤਾ, ਔਰ ਉਸ ਤੋਂ ਬਾਅਦ ਪ੍ਰੋਫੈਸ਼ਨਲੀ ਬਹੁਤ ਸਾਰੇ ਸਟੂਡੈਂਟਸ ਨੂੰ ਜਾਂ ਇਮੀਗ੍ਰੈਂਟਸ ਨੂੰ, ਬਹੁਤ ਸਾਰੇ ਲੋਕਾਂ ਨੂੰ ਉੱਥੇ ਐਡਵਾਈਸ ਦੇ ਕੇ ਕਾਫੀ ਵੀਜ਼ਾਜ਼ ਦੀ ਜਿਹੜੀਆਂ ਪ੍ਰੋਬੈਬਿਲਿਟੀਜ਼ ਵਧਾਈਆਂ। ਇਨਫੈਕਟ ਜੇ ਸਾਡੀ ਆਪਣੀ ਟੀਮ ਦੀ ਗੱਲ ਕਰ ਲਈਏ, ਵੀਜ਼ਾ ਫਾਈਲਿੰਗ ਟੀਮ ਨੂੰ ਬਹੁਤ ਜ਼ਿਆਦਾ ਸਪੋਰਟ ਹੈ, ਕਿਉਂਕਿ ਇੱਕ ਵੀਜ਼ਾ ਅਪਲਾਈ ਕਰਨਾ ਬਹੁਤ ਸੌਖਾ ਅੱਜ ਦੀ ਡੇਟ ਦੇ ਵਿੱਚ, ਸ਼ਾਇਦ ਇੱਕ ਸਟੂਡੈਂਟ ਆਪ ਵੀ ਇੰਨਾ ਕੁ ਕੇਪੇਬਲ ਹੋ ਗਿਆ ਕਿ ਉਹ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਦਾ। ਜਿਹੜੀਆਂ ਟੈਕਨੀਕੈਲਿਟੀਜ਼ ਨੇ, ਜਿਹੜੀਆਂ ਕਿ ਅੰਡਰ ਸੈਕਸ਼ਨ, ਕਿਹੜੇ ਸੈਕਸ਼ਨ ਦੇ ਅੰਡਰ ਵੀਜ਼ਾ ਰਿਫਿਊਜ਼ ਹੋਇਆ, ਉਸ ਸੈਕਸ਼ਨ ਦਾ ਜਵਾਬ ਕੀ ਦੇਣਾ, ਜਾਂ ਉਹਨਾਂ ਦਾ ਇਮੀਗ੍ਰੇਸ਼ਨ ਲਾਅ ਕੀ ਕਹਿੰਦਾ ਇਸ ਚੀਜ਼ ਬਾਰੇ, ਉਹ ਸਾਰੀਆਂ ਟੈਕਨੀਕੈਲਿਟੀਜ਼ ਬਹੁਤ ਜ਼ਿਆਦਾ ਮਦਦ ਕਰਦੀਆਂ ਸਾਨੂੰ ਜਦੋਂ ਅਸੀਂ ਹਰ ਇਤਨਾ ਡਿਸਕਸ ਕਰਦੇ ਹਾਂ ਕੇਸ ਟੂ ਕੇਸ। ਜੇ ਕੋਈ ਸਿੰਪਲ ਕੇਸਿਸ ਨੇ, ਅਸੀਂ ਉਹਨੂੰ ਉਹਦੇ ਵਿੱਚ ਬੋਦਰ ਨਹੀਂ ਕਰਦੇ। ਜੇ ਤੁਹਾਡਾ ਕੇਸ ਕਿਤੋਂ ਰਿਫਿਊਜ਼ ਹੈ, ਫਿਰ ਆਪਾਂ ਉਹਨੂੰ ਦਿੰਦੇ ਹਾਂ, ਉਹ ਕੇਪ ਨੋਟਸ ਉਹਦੇ ਵਿੱਚ ਕਢਵਾਉਂਦਾ, ਉਹ ਕੇਪ ਨੋਟਸ ਨੂੰ ਗੋ ਥਰੂ ਕਰਦੇ ਹਾਂ 60-70 ਪੇਜਸ ਦੇ ਵਿੱਚ, ਕਿ ਐਕਚੁਅਲੀ ਦੇ ਵਿੱਚ ਰੀਜ਼ਨ ਕੀ ਸੀ, ਕੀ ਅਸੀਂ ਉਸ ਰੀਜ਼ਨ ਨੂੰ, ਉਸ ਬਿਮਾਰੀ ਨੂੰ ਹਟਾ ਸਕਦੇ ਹਾਂ, ਦੂਰ ਕਰ ਸਕਦੇ ਹਾਂ, ਉਹਦੀ ਕੋਈ ਦਵਾਈ ਹੈਗੀ ਹੈ, ਜੇ ਹੈਗੀ ਹੈ ਤਾਂ ਅਸੀਂ ਉਹਨੂੰ ਰੀਅਪਲਾਈ ਕਰਦੇ ਹਾਂ। ਸੋ ਟੈਕਨੀਕਲੀ ਬਹੁਤ ਬੈਨੀਫਿਟ ਹੋਇਆ ਇੱਕ ਪ੍ਰੋਫੈਸ਼ਨਲ ਹੋਣ ਦਾ, ਇੱਕ ਉਸ ਬੰਦੇ ਦੇ ਹੋਣ ਦਾ ਨਾਲ ਜਿਹੜੇ ਕੈਨੇਡਾ ਦਾ ਇਮੀਗ੍ਰੇਸ਼ਨ ਲਾਅ ਪੜਿਆ। ਟੈਕਨੀਕਲੀ ਯੈਸ, ਤੁਸੀਂ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਹੋ, ਪਰ ਮੈਨੂੰ ਕੋਈ ਬੰਦਾ ਉੱਠ ਕੇ ਆ ਕੇ ਦੱਸੇ ਨਾ ਕਿ ਉਹਨੇ ਸਪਾਊਸ ਵੀਜ਼ਾ ਹਸਬੈਂਡ ਵਾਈਫ ਦਾ ਕੈਨੇਡਾ ਦੇ ਵਿੱਚ ਸਟੂਡੈਂਟ ਐਂਡ ਡਿਪੈਂਡੈਂਟ ਇਕੱਠਾ ਲਿਆ। ਮੇਰੇ ਖਿਆਲ ਨਾਲ ਮੈਂ ਅੱਜ ਤੱਕ ਕੋਈ ਵੀ ਸਟੂਡੈਂਟ ਨੂੰ ਆਪਣੇ ਸਪਾਊਸ ਦੇ ਨਾਲ ਇਕੱਠੇ ਜਾਂਦਾ ਨਹੀਂ ਦੇਖਿਆ, ਅਨਲਾਈਕ ਆਸਟ੍ਰੇਲੀਆ ਜਿੱਥੇ ਰੋਜ਼ ਇਹੀ ਕੰਮ ਹੁੰਦਾ। ਅੱਜ ਵੀ ਸਾਡੇ ਵੀਜ਼ੇ ਆਏ ਆ ਜਿਹਦੇ ਵਿੱਚ ਸਪਾਊਸ ਨਾਲ ਜਾਂਦਾ। ਕੈਨੇਡਾ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ, ਬਟ ਜਿਹੜੀ ਵੀਜ਼ਾ ਅਪਲਾਈ ਹੁੰਦਾ, ਜਿਹੜੇ ਵੀਜ਼ੇ ਗ੍ਰਾਂਟ ਹੁੰਦੇ ਆ, ਉਹਦੇ ਜੇ ਰਿਜ਼ਲਟ ਦੇ ਉੱਤੇ ਆ ਜਾਈਏ ਤੇ ਵੀਜ਼ਾ ਨਹੀਂ ਗ੍ਰਾਂਟ ਹੁੰਦਾ ਜਦੋਂ ਹਸਬੈਂਡ ਵਾਈਫ ਦਾ ਇਕੱਠਾ ਵੀਜ਼ਾ ਇਕੱਠਾ ਚਲੋ ਨਹੀਂ ਅਪਲਾਈ ਕਰਦਾ, ਮੇਨ ਐਪਲੀਕੈਂਟ ਪਹਿਲਾਂ ਚਲਾ ਗਿਆ, ਆਪਣੇ ਡਿਪੈਂਡੈਂਟ ਨੂੰ ਬੁਲਾ ਸਕਦਾ? ਬਿਲਕੁਲ 100% ਬੁਲਾ ਸਕਦਾ। ਬਹੁਤ ਸਾਰੇ ਵੀਜ਼ਾਸ ਅਸੀਂ ਲਗਾਏ ਆ, ਜੇ ਤੁਸੀਂ ਫੇਸਬੁੱਕ ਪੇਜ 'ਤੇ ਦੇਖੋ, ਓਪਨ ਵਰਕ ਪਰਮਿਟ ਉਸ ਬੰਦੇ ਨੂੰ ਮਿਲਦਾ ਜਿਹੜਾ ਡਿਪੈਂਡੈਂਟ ਹੁੰਦਾ, ਉਹਨੂੰ ਓਪਨ ਵਰਕ ਪਰਮਿਟ ਮਿਲਦਾ ਜੋ ਜਾ ਕੇ ਉੱਥੇ ਫੁੱਲ ਟਾਈਮ ਵਰਕਿੰਗ ਰਾਈਟਸ ਹੈਗੇ ਉਹਦੇ ਕੋਲ, ਉਹ ਜਾ ਕੇ ਕੰਮ ਕਰ ਸਕਦਾ। ਸੋ ਡਿਪੈਂਡੈਂਟ ਆਪਣਾ ਹਮੇਸ਼ਾ ਹੀ, ਕੋਈ ਵੀ ਸਟੂਡੈਂਟ ਜਿਹੜਾ ਹੈਗਾ, ਉਹ ਚਾਹੇ ਹਸਬੈਂਡ ਹੈ ਚਾਹੇ ਵਾਈਫ ਹੈ, ਉਹਨੂੰ ਬੁਲਾ ਸਕਦਾ। ਉਹ ਬੰਦਾ ਉੱਥੇ ਜਾ ਕੇ ਕੰਮ ਕਰਨ ਦੀ ਪਰਮਿਸ਼ਨ ਦੇ ਨਾਲ ਕੈਨੇਡਾ ਜਾਂਦਾ, ਉਹਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਪ੍ਰੈਫਰਡ ਇਹ ਹੈ ਕਿ ਜਦੋਂ ਸਟੂਡੈਂਟ ਨੇ ਇੱਕ ਸਮੈਸਟਰ ਉੱਥੇ ਕੱਟ ਲਿਆ, ਇੱਕ ਸਮੈਸਟਰ ਉਹਨੇ ਪੜ੍ਹਾਈ ਕਰ ਲਈ, ਉਸ ਇੱਕ ਸਮੈਸਟਰ ਤੋਂ ਬਾਅਦ ਉਹ ਆਪਣੇ ਉੱਥੋਂ ਡਾਕੂਮੈਂਟ, ਚਾਹੇ ਉਹਦੀ LOA ਹੈ ਜਾਂ ਕਾਲਜ ਦੀ ਪੁਰਾਣੀ ਟਰਾਂਸਕ੍ਰਿਪਟਸ ਹੈ ਜਾਂ ਉਹਦੀ ਅਟੈਂਡੈਂਸ ਹੈ, ਜੋ ਜੋ ਸਾਰੇ ਡਾਕੂਮੈਂਟਸ ਹੈਗੇ ਆ, ਉਹ ਅੰਬੈਸੀ ਨੂੰ ਦਿੱਤੇ ਜਾਣ। ਇੱਕ ਸਪਾਊਸ ਵੀਜ਼ੇ ਦੇ ਵਿੱਚ ਕਿਸੇ ਵੀ ਅੰਬੈਸੀ ਨੂੰ ਵੀਜ਼ਾ ਦੇਣ ਦੇ ਵਿੱਚ ਪ੍ਰੋਬਲਮ ਕਿੱਥੇ ਆਉਂਦੀ ਹੈ? ਰਿਲੇਸ਼ਨ, ਰਿਲੇਸ਼ਨ ਦਾ ਜਿਹੜੇ ਫੈਕਟਸ ਹੈਗੇ ਆ ਕਿ ਤੁਹਾਡਾ ਰਿਲੇਸ਼ਨ ਐਕਚੁਅਲੀ 'ਚ ਇੱਕ ਜੈਨੂਇਨ ਰਿਲੇਸ਼ਨ ਹੈ, ਉਹ ਡਿਪੈਂਡ ਕਰ, ਉਹ ਦੱਸਦਾ ਕਿ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। ਇਫ ਇਟ ਇਜ਼ ਅ ਨਿਊ ਮੈਰਿਜ, ਦੇ ਨੀਡ ਡਾਕੂਮੈਂਟਸ, ਕਿ ਕਿਤੇ ਕੰਟਰੈਕਟ ਮੈਰਿਜ ਤਾਂ ਨਹੀਂ ਹੈਗੀ, ਸਿਰਫ ਬਾਹਰ ਲਿਜਾਣ ਲਈ ਤਾਂ ਨਹੀਂ ਵਿਆਹ ਹੋਇਆ ਹੋਇਆ। ਜੇ ਤੁਹਾਡੀ ਓਲਡ ਮੈਰਿਜ ਹੈ, ਫਿਰ ਉਹ ਡਾਕੂਮੈਂਟਸ ਦੀ ਜਿਹੜੀ ਲਿਸਟ ਵੀ ਹੈਗੀ ਆ,